ਤੁਸੀਂ ਦੇਖ ਰਹੇ ਹਰ ਵਾਲਾ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਈਮ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਕਰੋ ਪ੍ਰੈਸ ਤਾਂ ਕਿ ਸਾਡੀਆਂ ਆਉਣ ਵਾਲੀ ਹਰ ਨਈ ਵੀਡੀਓ ਸਾਡੇ ਵੀਰਾਂ ਤੱਕ ਬਆਸਾਨੀ ਪਹੁੰਚ ਸਕੇ। ਮੈਂ ਆਪਦੇ ਭਰਾਵਾਂ ਦੀ ਖਿਦਮਤ ਦੇ ਵਿੱਚ ਪਿਓਰ ਆਸਟ੍ਰੇਲੀਅਨ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਪਹਿਲੇ ਸੂਬੇ ਦੇ ਵਿੱਚ ਵੈਲ ਕੈਮਰਾਮੈਨ ਸਾਹਿਬ ਤੁਹਾਨੂੰ ਜਾਨਵਰ ਦੀਆਂ ਤਸੱਲੀਆਂ ਕਰਾਣਗੇ ਤੋਂ ਬਾਅਦ ਕੈਮਰਾਮੈਨ ਸਾਹਿਬ ਜਾਨਵਰ ਦੀਆਂ ਤਸੱਲੀਆਂ ਕਰਾਣਗੇ ਤੋਂ ਬਾਅਦ ਚੰਦ ਗੱਲਾਂ ਮਾਲਕਾਂ ਨਾਲ ਵੀ ਕਰਾਂਗੇ। ਮਾਲਕਾਂ ਦੇ ਬਕੋਲੇ ਜੀ ਮੂੰਹ ਚੋਗੀ ਏ ਕੈਮਰਾਮੈਨ ਸਾਹਿਬ ਜਾਨਵਰ ਦੀ ਤਸੱਲੀ ਕਰਾਓ। ਇਸ ਤੋਂ ਬਾਅਦ ਚੰਦ ਗੱਲਾਂ ਮਾਲਕਾਂ ਨਾਲ ਵੀ ਕਰਨੇ ਆ। ਕਿੰਨੇ ਦਿਨ ਲੈਂਦੀ ਸੂਆਂ ਦੇ ਵਿੱਚ ਇਹ ਪਾ, ਬਾਕੀ ਗੱਲਾਂ ਤੁਹਾਨੂੰ ਮਾਲਕਾਂ ਕੋਲ ਪੁਛਾਵਾਂਗੇ। ਬਹੁਤ ਸਾਊ ਗਾਂ ਹੈ, ਥਾਪੀ ਮਾਰ ਤੇ ਥੱਲੇ ਬਹਿ ਜਾਓ, ਹਿੱਲਣਾ ਹੀ ਨਹੀਂ ਜੀ। ਸੂਆਂ 'ਚ 10 ਦਿਨ ਲੈਂਦੀ, 15 ਦਿਨ ਲੈਂਦੀ, ਮਹੀਨਾ ਲੈਂਦੀ। ਬਾਬਾ ਜੀ ਤੋਂ ਮਾਲਕਾਂ ਕੋਲ ਪੁਛਾਵਾਂਗੇ। ਵੀਰਾਂ ਭਰਾਵਾਂ ਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ। ਪਿੱਛੋਂ ਲੈ ਪਿੱਛੋਂ ਲੈ ਵਿੱਚ ਅਸੀਂ ਆਪਦੇ ਵੀਰਾਂ ਭਰਾਵਾਂ ਨਾਲ ਆਪਦੀ ਲੋਕੇਸ਼ਨ ਵੀ ਸ਼ੇਅਰ ਕਰ ਦਿੰਦੇ ਹਾਂ। ਤਹਿਸੀਲ ਆਰਾਮਵਾਲਾ, ਜ਼ਿਲ੍ਹਾ ਪਾਕਪਤਨ ਸ਼੍ਰੀ। ਪਿਓਰ ਆਸਟ੍ਰੇਲੀਅਨ ਗਾਂ ਹੈ ਜੀ। ਆਪ ਚੁੱਪ ਕਰਕੇ ਸਕੂਨ ਮਾਹੌਲ, ਜਿਵੇਂ ਮਰਜ਼ੀ ਥਾਪੀ ਮਾਰ ਕੇ ਥੱਲੇ ਬਹਿ ਜਾਓ, ਗਾਂ ਨਹੀਂ ਲੈਣਾ ਜੁਲਣਾ ਨਹੀਂ। ਘਰ ਦੀ ਸਾਂਭੀ ਹੋਈ ਉਹਨਾਂ ਦੀ ਵਹਿੜ ਏ। ਕੈਮਰਾਮੈਨ ਸਾਹਿਬ ਤੁਹਾਨੂੰ ਜਾਨਵਰ ਦੀਆਂ ਤਸੱਲੀਆਂ ਕਰਾਵਣਗੇ। ਇਸ ਤੋਂ ਬਾਅਦ ਮਾਲਕਾਂ ਦੇ ਬਕੌਲ ਵੀ ਤੁਹਾਨੂੰ ਸੁਣਾਵਾਂਗੇ ਵੀ ਕੀ ਗੱਲਾਂ ਨੇ ਤੇ ਕੀ ਰੇਟ ਏ ਤੇ ਕਿੰਨੇ ਦਿਨ ਲੈਂਦੀ, ਪੂਰੀਆਂ ਗੱਲਾਂ ਤੁਹਾਨੂੰ ਉੱਥੇ ਹੀ ਪੁੱਛਾਵਾਂਗੇ। ਕੈਮਰਾਮੈਨ ਸਾਹਿਬ ਤੁਹਾਨੂੰ ਜਾਨਵਰ ਖਾ ਦੇਣ, ਜਾਨਵਰ ਜ਼ਰਾ ਮਸਤੀ ਮੁਸਤੀ ਕਰ ਰਿਹਾ ਜੀ। ਕੈਮਰਾਮੈਨ ਸਾਹਿਬ ਤੁਹਾਨੂੰ ਖਾ ਰਹੇ ਨੇ, ਪਾਣੀ ਸ਼ਾਣੀ ਪੀਵੇ ਦਾ ਤੇ ਤੁਹਾਨੂੰ ਤਸੱਲੀਆਂ ਕਰਾਵਾਂ ਦੇ ਭਰਾਵਾਂ ਨੂੰ। ਸੋਹਣਾ ਜਾਨਵਰ ਹੈ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਕਿ ਆਪਦੇ ਵੀਰਾਂ ਭਰਾਵਾਂ ਲਈ ਮਿਹਨਤ ਕਰ ਰਿਹਾ ਤੇ ਅੱਛੇ ਤੋਂ ਅੱਛਾ ਜਾਨਵਰ ਪ੍ਰਾਪਤ ਕਰਕੇ ਭਰਾਵਾਂ ਨੂੰ ਮੁਕਾ ਸਕੀਏ। ਪਿਓਰ ਆਸਟ੍ਰੇਲੀਅਨ ਗਾਂ ਜੀ, ਮੈਂ ਅੱਜ ਆਸਟ੍ਰੇਲੀਅਨ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਕੈਮਰਾਮੈਨ ਸਾਹਿਬ ਤੁਹਾਨੂੰ ਵਿਖਾ ਰਹੇ ਨੇ, ਗਾਂ ਜੀ ਥੋੜ੍ਹੀ ਮਸਤੀ ਮੁਸਤੀ ਕਰ ਰਹੀ ਹੈ ਤੇ ਬੰਦ ਹੋ ਜੀ, ਬੰਦ ਇੱਥੇ ਬੰਦ ਲੈ ਲੈਂਦੇ ਮਿੰਟ ਕੋਈ ਨਹੀਂ, ਤਸੱਲੀ ਕਰ ਲੈਂਦੇ। ਪੂਰੀ ਤਸੱਲੀਆਂ ਵੀ ਕਰਾ ਲਓ ਜੀ, ਕੈਮਰਾਮੈਨ ਸਾਹਿਬ ਤਸੱਲੀਆਂ ਪੂਰੀਆਂ ਕਰਾਓ ਜੀ। ਆਹ ਹੁਣ ਤੁਹਾਨੂੰ ਚੰਦ ਗੱਲਾਂ ਮਾਲਕਾਂ ਨਾਲ ਕਰਾਉਣੇ ਆ ਤੇ ਮਾਲਕਾਂ ਤੋਂ ਪੁੱਛਣੇ ਆ ਮਾਲਕਾਂ ਤੋਂ ਤੇ ਰੇਟ ਪਹਿਲਾਂ ਆਪਾਂ ਦੈਦ ਕਰਾਂਗੇ ਵੀ ਮੁਨਾਸਿਬ ਬਣਨਾ। ਅਸਲਾਮ ਅਲੈਕੁਮ ਜੀ ਭਾਈ। ਵਾਲੇਕੁਮ ਸਲਾਮ। ਕੀ ਹਾਲ ਚਾਲ ਜੀ? ਅੱਲਾ ਸ਼ੁਕਰ ਭਾਈ, ਠੀਕ ਨੇ। ਤੇ ਗਾਂ ਕਿੰਨੇ ਦਿਨ ਲੈਂਦੀ ਸੂਣ ਦੇ ਵਿੱਚ? ਪਹਿਲੀ ਗੱਲ ਤਾਂ ਇਹ ਸੁਣ ਦੱਸੋ, ਗਾਂ ਜਨਾਬ ਇੱਕ ਮਹੀਨਾ ਕੱਢੇਗੀ? ਇੱਕ ਮਹੀਨਾ? ਮੂੰਹ ਚੌਗੀ ਏ, ਦੋਂਦੀ ਏ, ਕੀ ਬਣਾ? ਮੂੰਹ ਚੌਗੀ ਏ ਜੀ, ਚੌਗੀ ਏ ਜੀ। ਤੇ ਘਰ ਦੀ ਸਾਂਭੀ ਏ ਕਿ ਵਪਾਰ ਦੀ ਏ ਜਾਂ ਕਿਸੇ ਤੋਂ ਖਰੀਦੀ ਏ? ਇਹ ਘਰ ਸਾਂਭੀ ਏ ਨਾ ਆਪਣੀ, ਘਰ ਦੀ ਵੱਛੀ ਏ। ਅੱਛਾ, ਘਰੇ ਸਾਂਭੀ ਏ? ਅੱਛਾ ਜੀ। ਤੇ ਚੌਗੀ ਮੂੰਹ ਚ ਮਾਸ਼ਾਅੱਲਾ। ਅੱਛਾ, ਤੇ ਹੁਣ ਇਹਦਾ ਰੇਟ ਸ਼ੇਟ ਕੀ ਦੱਸੋ ਨਾ, ਅਸੀਂ ਰੇਟ ਤੁਹਾਡੇ ਤੋਂ ਪੁੱਛਦੇ ਹਾਂ ਜੀ। ਰੇਟ ਮੁੱਲ ਜੀ 3 ਲੱਖ ਰੁਪਈਆ ਜੀ। 3 ਲੱਖ ਦੀ ਜੀ ਵੈੜ ਨਹੀਂ ਹੈਗੀ ਅਸੀਂ ਤੁਹਾਡੇ ਨਾਲ, ਨਾ ਅਸੀਂ ਲੈਣੀ ਹੈ ਨਾ ਅਸੀਂ ਤੁਹਾਡੇ ਨਾਲ, ਦੱਸੋ ਨਾ ਸਿੱਧੀ ਗੱਲ ਜੀ। ਉਹ ਪਿਆਰ ਮੁਹੱਬਤ ਆਪਾਂ ਕਰ ਲਾਂਗੇ ਜਾਨ। ਮੇਰੀ ਗੱਲ ਸੁਣੋ, ਅਸੀਂ ਤੁਹਾਡੇ ਨਾਲ ਕੋਲੋਂ ਨਾ ਲੈ ਕੇ ਜਾਣੀ, ਸਾਡੇ ਵੀਰਾਂ ਭਰਾਵਾਂ ਨੇ ਪਸੰਦ ਕਰਨੀ ਤੇ ਅਸੀਂ ਉਹਨਾਂ ਨੂੰ ਦੇਣੀ। ਜੀ ਜੀ। ਦੂਜੀ ਗੱਲ ਇਹ, ਪਹਿਲੀ ਗੱਲ ਤਾਂ ਇਹ ਵੀ ਤੁਹਾਡੇ 3 ਲੱਖ ਦੀ ਵੈੜ ਨਹੀਂ ਹੈਗੀ ਜੀ। ਆਪਾਂ ਤਾਂ ਕਰਨੀ ਸਿੱਧੀ ਗੱਲ, ਅਸੀਂ ਵੀ ਬਾਹਰ ਅੰਦਰ ਤੁਰੇ ਫਿਰਨੇ ਆ, ਆਖਿਰ ਨਾ ਇੱਕ ਲੈਂਦੀ ਵੀ ਉਸ ਉਮਰ। ਬਿਲਕੁਲ ਜੀ, 3 ਲੱਖ ਦੀ ਭਾਈ ਜੀ ਨਹੀਂ ਹੈਗੀ ਜੀ। ਮੈਂ ਤਾਂ ਤੁਹਾਨੂੰ ਭਾਵੇਂ ਲੱਗਾ ਗੁੱਸਾ, ਭਾਵੇਂ ਸਾਡੀ ਕੋਈ ਗੱਲਾਂ ਦਾ ਗੁੱਸਾ ਵੀ ਨਾ ਕਰਿਆ ਜੀ, 3 ਲੱਖ ਦੀ ਨਹੀਂ ਹੈਗੀ। ਚਲੋ ਜੀ, ਅਗਾਂ ਤੁਹਾਡਾ ਮਾਲ ਹੈ, ਰਿਜ਼ਕ ਹੈ ਤੁਹਾਡਾ, ਇਹਦੇ 'ਚ ਕਿੰਨਾ ਪਿਆਰ ਮੁਹੱਬਤ ਹੈਗਾ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ। 3 ਲੱਖ ਤਾਂ ਤੁਸੀਂ ਆਪਾਂ ਜੀ ਨਾ 2 ਲੱਖ ਤੇ 80 ਹਜ਼ਾਰ ਦੀ ਵਿੱਚ ਪਿਆਰ ਮੁਹੱਬਤ ਕਰ। 2 ਲੱਖ 80 ਹਜ਼ਾਰ ਨਹੀਂ ਜ਼ਿਆਦਾ ਨਹੀਂ ਬਸ। ਭਰਾ ਭਰਾ ਆਪਾਂ ਮੇਰੀ ਗੱਲ ਸੁਣੇ ਨਾ, ਆਪਾਂ ਤੇਰੇ ਨਾਲ ਕਰਨੀ ਸਿੱਧੀ ਗੱਲ, 2 ਲੱਖ 80 ਹਜ਼ਾਰ ਤੁਸੀਂ ਸਿੱਧੀ ਕਰਨੀ ਹੈ ਨਾ। ਅਸੀਂ ਹੁਣ ਤੇਰੇ ਕੋਲ, ਮੇਰੀ ਗੱਲ ਸੁਣ, ਅਸੀਂ ਜੀ ਤੇਰੇ ਕੋਲ 30-40 ਕਿਲੋਮੀਟਰ ਦਾ ਪੰਧ ਕਰਕੇ ਆਏ, 30-40 ਕਿਲੋਮੀਟਰ ਅਸੀਂ ਹੱਥੇ ਵੀ ਜਾਣਾ। ਜੀ ਜੀ, ਜੇ ਅਸੀਂ ਤੇਰੇ ਕੋਲ ਇੰਨਾ ਪੰਧ ਕਰਕੇ ਆਏ ਹਾਂ ਤੇ ਤੂੰ ਸਾਡੇ ਆਇਆਂ ਦਾ ਇਹ ਮੁਲਕ ਤਾਂ ਵੀ 2 ਲੱਖ 80 ਹਜ਼ਾਰ ਹੀ ਮੰਗ ਰਿਹਾ। ਨਹੀਂ ਯਾਰ, ਕਿਉਂ 2 ਲੱਖ 80 ਹਜ਼ਾਰ? ਚਲੋ ਮੁਹੱਬਤ ਕਰ ਲਾਂਗੇ ਆਪਾਂ, ਫਿਰ ਵੀ ਕਰ ਲਾਂਗੇ ਹੋਰ।
पांच करें दा उन्हें कार लाना पता लग गया भाई पांच करें दा टाइ करें दा दो करें दा दस करें दा कुछ समझ भी ना पड़ा तो पांच हजार और रेस्ट कर दें पचहत्तर का दो लाख से पचहत्तर हजार बिल्कुल ठीक हो गया जी ते पक्कियां छोटियां ने खाना हर शायद ही हर गल यार तसल्ली है कि अपन मच्छी पहलन भी है तो लेकिन फिर भी गारंटियां देंगे थापी मारो तो थले बह जाओ दूजी गल माशाल्लाह होना गा उन्होंने नसीब ने लेकिन बच्ची अपनी है ना जी बहुत ही चंगी गां दी है बहुत ज्यादा चंगी गां दी ठीक हो गया क्योंकि बत्ती तेती लीटर दुध कर दी है मां बराबर करा दें अच्छा जी हूं दो लाख पचहत्तर हजार बिलकुल तीन लाख डिमांड है दो पचहत्तर टिकट देनी दो पचहत्तर टिकट दे भी हूं वक्त ही अपनी मच्छी बिके द ना विकी तो एंड जो तैयार हो कैमरामैन साहब ने जी आप जानवर दिया तसलियां कराइया ने मालकों ने गल कराइया ने मालकों की डिमांड है जी तीन लख रुपया कहते ने साड़ी बच्छी बड़ी सोहनी है तो साउ बच्छी है वह भी तुम कैमरामैन साहब ने विखाया भी थापी मारो तो थले बह जाओ गाने नहीं हिलना जुलना तो दो लख तो पचहत्तर हज़ार रुपये तक करवा देने असं दे देंगे जिस वीर भरा नूं साडी वीडियो पसंद आई होवे ते गां खरीदना चाहुंदा होवे साडा राबता नंबर ते वट्सएप नंबर है जी 0300 पूरा 2790 673 0300 पूरा 2790 673 वीडियो नूं लाइक ते शेयर जरूर करया करो ते चैनल नूं सबसक्राइब करना ना भुलिया करो असीं आपदे वीरां भरावां लई मेहनत कर रहे असीं उम्मीद कर रहे अज्ज वाली वीडियो तुहानूं पसंद आई होवेगी इस दे नाल ही आपदे मेज़बान मुहम्मद नईम नूं दे इजाजत ते इंशाल्लाह बहुत जल्द असीं ना एक होर नवें जानवर नाल हाज़र होवांगे।